इंसानियत दे रहबर मनुखता दे ज्ञान दाता धन गुरु नानक पातशाह जी नूं अपनी सुरत विच विसा के जीवन दी जास सिख रहे गुरदेव दे प्यारियो, वाहिगुरु जी का खालसा, वाहिगुरु जी की फतेह। किरती भाई लालू जी की झुग्गी छोटा जिहा घर सैदपुर की नगरी बहुत एक विस्मादित जिहा माहौल है। भाई लालू जी की सुवाणी उन्हां दी पत्नी वो भी चुले चौंके ते धन गुरु नानक सच्चे पातशाह जी दे लई जल पानी दी तैयारी विच नाल इस मौके हो रही गलबात वाले पासे नूं थोड़ा जिहा ध्यान दे के फर्जां दी अदायगी कर रही है। ते आपां देखिया संवाद दा एक विचार दा एक बड़ा अजीब जिहा स्वरूप है। संवाद भाई लालू जी दे अंदर अपनी किस्म दा छिड़िया होया। गुरदेव सच्चे पातशाह रब जी दी रहमत नाल भाई लालू जी दे इस किरत दी वडियाई नूं होर संसार दे अगे रखण दे लई रब्बी बख्शिश नूं अपनी चिंतन दी लड़ी विच परोई बैठे ने। साखी दा करता लिखदा है गुरु नानक सच्चे पातशाह जी ने भाई मखा लालू जी ने मुखातब होके के भाई लालू जी की पै करदे हो। गुरदेव दा सवाल उहदी किरत नूं लैके आम साढ़े समाज का एक बहुत वधिया ढंग है गलबात आरंभ करन दा। असीं अज भी किसी नूं मिल जांदे हाँ, आपां देख भी रहे हुंदे हाँ कि जिन्हों मिलन वास्ते आए हैं उह किहड़े रुझेवें विच है, किहड़े काम च लग्गिया होया है। ते असीं गल दी शुरुआत भी उत्थों ही करदे हाँ, की करदे हो। हुण गुरु नानक जी दा जिहड़ा प्रश्न है ये भाई लालू जी की किरत नूं वड्याउण दे लई उहदे किरती होण ते उहदे अंदर होर माण पैदा करन दे लई गुरदेव दे बोले हुए शब्दां नूं भाई लालू जी ने बड़े ध्यान नाल सुनिया। अदब नाल बोल के भाई लालू जी ने धन गुरु नानक जी नूं कहा, पातशाह किले पिया कड़दा हाँ। किले कड़न तो भाव हुंदा किरत दा बहुत छोटा जिहा उह समाजिक हिस्सा जिहड़ा साडे घरां दे वेहड़ियां हवेलियां नाल जुड़िया होया। एक लकड़ी दे टोटे नूं लै के उहनूं तेसे नाल छिल के जमीन च गड्ढण जोग उहनूं बना के किसान जिमीदार नूं देना ता कि उहनूं धरती च गड्ढ के माल डंगर पशु आदि उहदे नाल बन सके। हुण धन गुरु नानक सच्चे पातशाह जी ने सवाल करके चर्चा दा आरंभ कर लिया है। भाई लालू जी ने गुरदेव दे उठाए सवाल दा उत्तर अपनी बोली विच अपनी बुद्धि दे पद्धर तों देण दा बेहतरीन जतन कीता। हुण धन गुरु नानक पातशाह जी इस किरती करन वाले किरती नूं इहदे नेड़ियों बह के मुखातब हो के
ਇਹਦੇ ਕਿਰਤ ਤੋਂ ਅਗਲੀ ਗੱਲ ਜਿਹੜੀ ਹੈ ਇਹਦੇ ਕੰਨਾਂ ਵਿੱਚ ਮੇਰੇ ਗੁਰਦੇਵ ਜੀ ਨੇ ਪ੍ਰਵੇਸ਼ ਕੀਤੀ। ਭਾਈ ਲਾਲੋ ਜੀ, ਇਕੱਲੇ ਕਿੱਲੇ ਨਾ ਕੜਿਆ ਕਰੋ, ਇਕੱਲੇ ਕਿੱਲੇ ਨਾ ਕੜਿਆ ਕਰੋ। ਹੁਣ ਗੁਰਦੇਵ ਦਾ ਇਹ ਸਵਾਲ ਭਾਈ ਲਾਲੋ ਜੀ ਥੋੜ੍ਹਾ ਜਿਹਾ ਆਪਣੀ ਕਿਰਤ ਖੇਤਰ ਵਿੱਚ ਰਹਿੰਦਿਆਂ ਹੋਇਆਂ ਸਮਝਣਾ ਔਖਾ ਹੋ ਗਿਆ। ਕਿਉਂਕਿ ਗੁਰਦੇਵ ਜੀ ਨੇ ਕਿਹਾ ਇਕੱਲੇ ਕਿੱਲੇ ਨਹੀਂ ਖੜਨੇ, ਇਹਦਾ ਮਤਲਬ ਇਹ ਹੈ ਕਿ ਹੋਰ ਵੀ ਕੁਝ ਕਰਨਾ ਚਾਹੀਦਾ। ਅਤੇ ਭਾਈ ਲਾਲੋ ਜੀ ਨੇ ਪੁੱਛ ਲਿਆ, ਦਾਤਿਆ ਮਾਈ ਬਾਪ ਦੇ ਕੋਲੋਂ ਜੋ ਕਿਰਤ ਦਾ ਕਸਮ ਮਿਲਿਆ ਹੈ, ਹੁਨਰ ਮਿਲਿਆ ਹੈ, ਉਹ ਤਾਂ ਆ ਘਰਾਂ ਦੇ ਸੰਤ ਬਣਾਉਣੇ, ਕਿੱਲੇ ਘੜਨੇ, ਮੰਜੇ ਠੋਕਣੇ, ਪੀੜੀਆਂ ਠੋਕਣੀਆਂ, ਹਾਲਾਤ ਦੇ ਦੀ ਤਿਆਰੀ ਕਰਕੇ ਦੇਣੀ, ਪੰਜਾਲੀਆਂ ਬਣਾ ਕੇ ਦੇਣੀਆਂ, ਆਇਓ ਮੇਰੀ ਕਿਰਤ ਹੈ ਜ਼ਿੰਦਗੀ ਦੇ ਨਿਰਵਾਹ ਦੇ ਲਈ। ਤੁਸੀਂ ਵਚਨ ਕੀਤਾ ਕਿ ਮੈਂ ਇਕੱਲੇ ਕਿੱਲੇ ਨਾ ਘੜਾਂ, ਸਮਝ ਤਾਂ ਪੈਂਦੀ ਹੈ ਕਿ ਮੈਨੂੰ ਕੁਝ ਹੋਰ ਵੀ ਕਰਨਾ ਚਾਹੀਦਾ, ਕਿ ਤੁਹਾਡਾ ਇਸ਼ਾਰਾ ਕੁਝ ਹੋਰ ਕਰਨ ਵਾਸਤੇ। ਪਰ ਪਾਤਸ਼ਾਹ ਬੁੱਧੀ ਬੜੀ ਛੋਟੀ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਸਮਝਾਓ, ਮੈਂ ਕਿੱਲੇ ਇਕੱਲੇ ਨਾ ਘੜ ਕੇ ਮੈਂ ਹੋਰ ਨਾਲ ਕੀ ਕਰਾਂ, ਤੁਹਾਨੂੰ ਕੀ ਜਾਪਦਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਲਾਲੋ ਜੀ ਦੇ ਸ਼ਬਦਾਂ ਨੂੰ ਬੜੇ ਗੌਰ ਦੇ ਨਾਲ ਸੁਣਿਆ ਹੈ। ਦਾਤਾ ਜੀ ਜਾਣਦੇ ਨੇ ਮਨੁੱਖ ਸਮਾਜ ਕਿੱਥੇ ਖੜ੍ਹਾ ਹੈ, ਸਮਾਜ ਕਿਰਤ ਦੇ ਘੇਰੇ ਤੋਂ ਬਾਹਰ ਨਿਕਲ ਕੇ ਵੱਡਾ ਸੋਚਣ ਦੇ ਲਈ ਅਜੇ ਸਮਰੱਥ ਨਹੀਂ ਹੈ। ਅਜੇ ਇਹਦੇ ਸਾਹਮਣੇ ਜਿਹੜਾ ਮੁਹਾਵਰਾ ਪਤਾ ਨਹੀਂ ਕਦੋਂ ਬਣਿਆ, ਗੁਰੂ ਨਾਨਕ ਜੀ ਆਮਦ ਤੋਂ ਕਿੰਨਾ ਪਿੱਛੋਂ ਬਣਿਆ ਕਿ ਪਹਿਲੋਂ ਬਣਿਆ, ਸਾਡੇ ਸਾਰਿਆਂ ਦੇ ਕੋਲ ਪ੍ਰਚਲਿਤ ਹੈ। ਉਹ ਮੁਹਾਵਰਾ ਹੈ, ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ। ਗੁਰਦੇਵ ਜੀ ਕਿਰਤੀ ਮਨੁੱਖਾਂ ਦੀ ਮਜਬੂਰੀ ਨੂੰ ਜਾਣਦੇ ਨੇ, ਇਹਨਾਂ ਦੀ ਦੌੜ ਰੋਟੀਆਂ ਤੋਂ ਤੱਕ ਸੀਮਤ ਹੈ, ਕਿਰਤ ਰੋਟੀ ਦੇ ਦੁਆਲੇ ਘੁੰਮਦੀ। ਗੁਰੂ ਨਾਨਕ ਜੀ ਜਦੋਂ ਇਹ ਕਹਿ ਰਹੇ ਨੇ ਤੂੰ ਇਕੱਲੇ ਇਕੱਲੇ ਨਾ ਘੜ, ਅਤੇ ਗੁਰੂ ਨਾਨਕ ਜੀ ਕੁਝ ਕਿਰਤ ਤੋਂ ਉੱਪਰ ਉੱਠ ਕੇ ਕੀਤੇ ਜਾਣ ਵਾਲੇ ਕਿਸੇ ਨਵੇਕਲੇ ਕਰਮ ਦੀ ਗੱਲ ਕਰ ਰਹੇ ਨੇ। ਉਹ ਨਵੇਕਲਾ ਕਰਮ ਭਾਈ ਸਾਹਿਬ ਭਾਈ ਲਾਲੋ ਜੀ ਦੀ ਬੁੱਧੀ ਦਾ ਹਿੱਸਾ ਅਜੇ ਨਹੀਂ ਹੈ, ਤਾਂ ਹੀ ਤਾਂ ਪੁੱਛ ਲਿਆ ਹੈ। ਦਾਤਾ ਗੁਰਦੇਵ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਹੈ, ਪਾਤਸ਼ਾਹ ਜੋ ਸਿੱਖਿਆ ਉਹ ਕਿਰਤ ਤੱਕ ਸਿੱਖਿਆ, ਬਸ ਇਸੇ 'ਚੋਂ ਜ਼ਿੰਦਗੀ ਦਾ ਗੁਜ਼ਾਰਾ ਚੱਲ ਰਿਹਾ। ਤੁਸੀਂ ਇਸ਼ਾਰਾ ਕੀਤਾ ਕਿ ਕੁਝ ਹੋਰ ਕਰਾਂ, ਇਹ ਤੁਸੀਂ ਦੱਸੋ ਕਿ ਮੈਂ ਹੋਰ ਕੀ ਕਰਾਂ। ਹੁਣ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ, ਹੁਣ ਭਾਈ ਲਾਲੋ ਜੀ ਗੁਰੂ ਨਾਨਕ ਦੇ ਸਾਹਮਣੇ ਸੰਸਾਰ ਦੇ ਕਿਰਤੀਆਂ ਦਾ ਇੱਕ ਨੁਮਾਇੰਦਾ ਬੈਠਾ ਹੈ। ਗੁਰੂ ਨਾਨਕ ਜੀ ਸੁਨੇਹਾ ਜਿਹੜਾ ਦੇਣਾ ਚਾਹੁੰਦੇ ਨੇ, ਭਾਈ ਲਾਲੋ ਜੀ ਦੇ ਰਾਹੀਂ ਜੋ ਸੁਨੇਹਾ, ਇਕੱਲਾ ਭਾਈ ਲਾਲੋ ਜੀ ਨੂੰ ਨਹੀਂ ਦੇਣਾ ਚਾਹੁੰਦੇ, ਉਹ ਸੁਨੇਹਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਹਰ ਕਿਰਤੀ ਨੂੰ ਜੋ ਕਿਰਤ ਕਰਕੇ ਜ਼ਿੰਦਗੀ ਦਾ ਨਿਰਵਾਹ ਕਰੇ, ਦੁਨੀਆ ਦਾ ਹਰ ਬੰਦਾ ਜਿਹੜਾ ਸੰਸਾਰ ਵਿੱਚ ਮਨੁੱਖੀ ਜਾਮੇ ਵਿੱਚ ਹੈ,
ਅਤੇ ਉਹਨੂੰ ਕਿਰਤ ਕਰਕੇ ਜ਼ਿੰਦਗੀ ਨੂੰ ਨਿਰਵਾਹ ਕਰਨ ਦੀ ਮਰਯਾਦਾ ਨੂੰ ਸਿੱਖਣ ਦੀ ਲੋੜ ਹੈ। ਅਤੇ ਉਸ ਕਿਰਤ ਤੱਕ ਖੜ੍ਹੇ ਹੋਏ ਬੰਦੇ ਨੂੰ ਕਿਰਤ ਤੱਕ ਰੁਕ ਜਾ ਕੇ ਜ਼ਿੰਦਗੀ ਨੂੰ ਟਕਾ ਨਹੀਂ ਲੈਣਾ ਚਾਹੀਦਾ। ਗੁਰਦੇਵ ਜੀ ਇੱਥੇ ਜ਼ਿੰਦਗੀ ਨੂੰ ਕਿਸੇ ਵੱਡੇ ਮਕਸਦ ਲਈ ਇਸ ਕਿਰਤੀ ਦੀ ਸੁਰਤ ਨੂੰ ਮੋੜ ਦੇਣਾ ਚਾਹੁੰਦੇ ਨੇ। ਆਪਾਂ ਇਹ ਗੱਲ ਪੜ੍ਹਦੇ ਆ ਰਹੇ ਹਾਂ, ਨਾਲ ਨਾਲ ਜਾਣਦੇ ਆ ਰਹੇ ਹਾਂ। ਵਾਰ ਵਾਰ ਸਾਡੇ ਸਾਹਮਣੇ ਭਾਈ ਗੁਰਦਾਸ ਦੇ ਉਹਨਾਂ ਸ਼ਬਦਾਂ ਦਾ ਦੁਹਰਾਵ ਵੀ ਚੱਲ ਰਿਹਾ ਹੈ ਕਿ ਗੁਰੂ ਨਾਨਕ ਜੀ ਚੱਲੇ ਹੋਏ ਨੇ, ਚੜ੍ਹੇ ਹੋਏ ਨੇ ਇੱਕ ਵੱਡੇ ਮਕਸਦ ਲਈ, ਇੱਕ ਵੱਡੀ ਮੁਹਿੰਮ ਦੇ ਉੱਤੇ। ਉਹ ਮੁਹਿੰਮ ਹੈ ਚੜ੍ਹਿਆ ਸੋਧਣ ਧਰਤ ਲੁਕਾਈ, ਧਰਤੀ 'ਤੇ ਵਸਦੀ ਲੁਕਾਈ ਨੂੰ ਜ਼ਿੰਦਗੀ ਦੇ ਠੀਕ ਰਸਤੇ ਦੀ ਸੇਧ ਦੇਣ ਲਈ, ਉਹਦੀ ਸੋਧ ਕਰਨ ਦੇ ਲਈ ਗੁਰੂ ਨਾਨਕ ਜੀ ਦਾ ਸਫ਼ਰ ਜਾਰੀ ਹੈ। ਹੁਣ ਭਾਈ ਲਾਲੋ ਜੀ ਰਾਹੀਂ ਸਾਨੂੰ ਸਾਰਿਆਂ ਨੂੰ, ਜਿਨ੍ਹਾਂ ਨੇ ਆਉਣ ਵਾਲੀਆਂ ਸਦੀਆਂ 'ਚ ਯੁਗਾਂਤਰਾਂ ਤੱਕ ਪੈਦਾ ਹੋਣਾ ਹੈ, ਉਹਨਾਂ ਨੂੰ ਗੁਰਦੇਵ ਜੀ ਇੱਕ ਸੁਨੇਹਾ ਸਾਨੂੰ ਤੱਕ ਪਹੁੰਚਾਉਣਾ ਚਾਹ ਰਹੇ ਨੇ। ਉਹ ਸੁਨੇਹਾ ਕੀ ਹੈ? ਇਤਿਹਾਸ ਵਿੱਚ ਲਿਖਿਆ ਮਿਲਦਾ, ਸਾਖੀ 'ਚ ਲਿਖਿਆ ਮਿਲਦਾ, ਕਿਤਾਬਾਂ 'ਚ ਲਿਖਿਆ ਮਿਲਦਾ, ਕਿਉਂਕਿ ਆਪਾਂ ਇੱਕ ਗਾਥਾ ਕਰ ਰਹੇ ਹਾਂ, ਆਪਾਂ ਇੱਕ ਪ੍ਰਸੰਗ ਨਾਲ ਚੱਲ ਰਹੇ ਹਾਂ। ਉਹ ਕੀ ਸੁਨੇਹਾ ਹੈ ਇਹ ਅਸੀਂ ਆਪਣੀ ਇਸ ਵਿਚਾਰ ਦੇ ਅਗਲੇ ਪੜਾਅ 'ਤੇ ਜਾ ਕੇ ਦੇਖਾਂਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਤੀ ਨੂੰ, ਭਾਈ ਲਾਲੋ ਨੂੰ ਕੇਂਦਰ ਮੰਨ ਕੇ ਜੋ ਉਪਦੇਸ਼ ਦੇ ਕੇ ਕੁੱਲ ਸੰਸਾਰ ਦੇ ਕਿਰਤੀਆਂ ਨੂੰ ਜਾਂ ਮਨੁੱਖਾਂ ਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਨਗੇ। ਉਹ ਕੀ ਹੈ, ਉਸ ਨਿਆ ਕੀ ਹੈ, ਇਹਦੀ ਚਰਚਾ ਆਪਾਂ ਸਾਖੀ ਦੇ ਅਗਲੇ ਹਿੱਸੇ 'ਚ ਕਰਾਂਗੇ। ਇਸ ਮੌਕੇ ਇੰਨੀ ਸੇਵਾ ਕਬੂਲ ਪਾਉਣੀ, ਫਤਿਹ ਬੁਲਾਓ ਭੁੱਲਾਂ ਮਾਫ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।